ਜਿਹੜੇ ਜਿਹੜੇ ਨਵੇਂ ਸੌਂਗ ਰਾਈਟਰਸ ਹੈਗੇ ਆ ਪੰਜਾਬੀ ਲੈਂਗੁਏਜ ਦੇ ਸੌਂਗ ਰਾਈਟਰਸ ਜਿਨ੍ਹਾਂ ਨੂੰ ਬਹੁਤ ਪਿਆਰ ਹੈ ਮਿਊਜ਼ਿਕ ਨਾਲ, ਮੈਨੂੰ ਆਪਣੇ ਗਾਣੇ ਭੇਜੋ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ, ਮੈਂ ਹਾਂ ਸਾਹਿਲ। ਤੇ ਜਿਸ ਪੰਜਾਬੀ ਫੀਮੇਲ ਸਿੰਗਰ ਦੀ ਹੁਣ ਮੈਂ ਗੱਲ ਕਰਨ ਜਾ ਰਿਹਾ, ਉਸਦੇ ਗਾਣੇ ਤੇ ਉਸਦਾ ਸਵੈਗ ਦਰਸ਼ਕਾਂ ਨੂੰ ਕਾਫੀ ਜ਼ਿਆਦਾ ਪਸੰਦ ਆਉਂਦੇ ਨੇ। ਜੀ ਹਾਂ, ਮੈਂ ਗੱਲ ਕਰ ਰਿਹਾ ਜੈਸਮਿਨ ਸੈਂਡਲਸ ਦੀ। ਹਾਲ ਹੀ ਦੇ ਵਿੱਚ ਜੈਸਮਿਨ ਸੈਂਡਲਸ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਇੱਕ ਵੀਡੀਓ ਪੋਸਟ ਕੀਤੀ ਹੈ। ਇਸ ਵੀਡੀਓ ਦੇ ਵਿੱਚ ਜੈਸਮਿਨ ਸੈਂਡਲਸ ਨੇ ਸ਼ੇਅਰ ਕੀਤਾ ਇੱਕ ਵਟਸਐਪ ਨੰਬਰ। ਜੈਸਮਿਨ ਸੈਂਡਲਸ ਦਾ ਇਹ ਵਟਸਐਪ ਨੰਬਰ ਸ਼ੇਅਰ ਕਰਨ ਦਾ ਮਕਸਦ ਇਹ ਸੀ ਕਿ ਜੈਸਮਿਨ ਸੈਂਡਲਸ ਹੁਣ ਕੰਮ ਕਰਨਾ ਚਾਹੁੰਦੀ ਹੈ ਨਵੇਂ ਸੌਂਗ ਰਾਈਟਰਸ ਦੇ ਨਾਲ। ਇਸ ਵੀਡੀਓ ਦੇ ਵਿੱਚ ਜੈਸਮਿਨ ਸੈਂਡਲਸ ਨੇ ਸਾਫ਼ ਸਾਫ਼ ਕਿਹਾ ਕਿ ਜਿਹੜੇ ਵੀ ਨਵੇਂ ਸੌਂਗ ਰਾਈਟਰਸ ਨੇ ਉਹ ਆਪਣੇ ਸੌਂਗਸ ਜਾਂ ਇਸ ਨੰਬਰ ਦੇ ਉੱਤੇ ਉਹਨਾਂ ਨੂੰ ਕੰਟੈਕਟ ਕਰ ਸਕਦੇ ਨੇ, ਜਿਸ ਨਾਲ ਹੋਏਗਾ ਇਹ ਕਿ ਜੈਸਮਿਨ ਸੈਂਡਲਸ ਇਹ ਨਵੇਂ ਸੌਂਗ ਰਾਈਟਰਸ ਦੇ ਗਾਣੇ ਆਪਣੀ ਆਵਾਜ਼ ਦੇ ਵਿੱਚ ਗਾਏਗੀ। ਆਓ ਨਜ਼ਰ ਮਾਰੀਏ ਜੈਸਮਿਨ ਸੈਂਡਲਸ ਦੀ ਉਸ ਵੀਡੀਓ ਦੇ ਉੱਤੇ। ਪਿਛਲੇ ਇੱਕ ਸਾਲ ਵਿੱਚ ਜਿਨ੍ਹਾਂ ਜਿਨ੍ਹਾਂ ਨੇ ਮੈਨੂੰ ਗਾਣੇ ਭੇਜੇ ਆ ਉਹ ਸਾਰੇ ਗਾਣੇ ਅੱਜ ਬਹਿ ਕੇ ਮੈਂ ਸੁਣਾਂਗੀ ਭਾਵੇਂ ਸਵੇਰ ਹੋ ਜਾਏ। ਅਤੇ ਜਿਹੜੇ ਜਿਹੜੇ ਨਵੇਂ ਸੌਂਗ ਰਾਈਟਰਸ ਹੈਗੇ ਆ ਪੰਜਾਬੀ ਲੈਂਗੁਏਜ ਦੇ ਸੌਂਗ ਰਾਈਟਰਸ ਜਿਨ੍ਹਾਂ ਨੂੰ ਬਹੁਤ ਪਿਆਰ ਹੈ ਮਿਊਜ਼ਿਕ ਨਾਲ, ਮੈਨੂੰ ਆਪਣੇ ਗਾਣੇ ਭੇਜੋ। ਬਿਕਾਜ਼ ਤੁਹਾਨੂੰ ਪਤਾ ਮੈਨੂੰ ਬਹੁਤ ਸ਼ੌਂਕ ਹੈ ਗਾਣੇ ਲਿਖਣ ਦਾ, ਕੰਪੋਜ਼ ਕਰਨ ਦਾ। ਐਲਬਮ 'ਚ ਸਾਰੇ ਗਾਣੇ ਮੇਰੇ ਹੋਣਗੇ, ਪਰ ਆਊਟਸਾਈਡ ਦੇ ਐਲਬਮ ਹੁਣ ਮੈਂ ਨਵਾਂ ਨਵਾਂ ਮੂਡ ਬਣਾਇਆ ਕਿ ਬੈਕ ਟੂ ਬੈਕ ਬੈਂਗਰ ਸਿਟੀ ਹੈ।